मेरा नाम कुलजिंदर कौर है। कुलजिंदर जी, ਇਹਦੀ ਬਸਤੀ ਛਾਪੇ ਮਾਰੀ ਜਿਹੜੀ ਰਣਜੀਤ ਬਾਬਾ ਦੇ ਘਰ ਤੇ ਚੱਲੀ ਆ, ਤੁਸੀਂ ਭੈਣ ਹੋ, ਸਵੇਰੇ ਤੁਸੀਂ ਵੀ ਆਏ, ਹੁਣ ਉਹ ਗਏ ਨੇ, ਕੀ ਕੁਝ ਉਹਨਾਂ ਵੱਲੋਂ ਕੀਤਾ ਗਿਆ ਤੇ ਕੀ ਕੁਝ ਲੈ ਕੇ ਗਏ? ਸਰ ਐਕਚੁਅਲੀ ਇਹ ਤੇ ਸਾਰਾ ਕੁਝ ਸੀਕ੍ਰੇਟ ਹੈ, ਅਕੋਰਡਿੰਗ ਟੂ ਗਵਰਨਮੈਂਟ ਰੂਲਸ ਮੈਂ ਤੁਹਾਨੂੰ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੀ। ਉਹਨਾਂ ਨੇ ਉਹ ਆਪਣੀ ਗਵਰਨਮੈਂਟ ਡਿਊਟੀ ਨੂੰ ਬਾਉਂਡ ਸੀਗੇ, ਅਸੀਂ ਉਹਨਾਂ ਨਾਲ ਪੂਰਾ ਕੋਆਪਰੇਟ ਕੀਤਾ, ਜੋ ਉਹਨਾਂ ਦੀ ਡਿਊਟੀ ਸੀਗੀ ਉਹ ਕਰਕੇ ਗਏ, ਦੈਟਸ ਇਟ। ਅੰਦਰ ਇੰਨੀ ਦੇਰ ਬੈਠੇ ਰਹੇ ਨੇ, ਕੁਝ ਉਹਨਾਂ ਤਲਾਸ਼ੀ ਵਗੈਰਾ ਵੀ ਲਈ ਹੁੰਦੇ ਸਮਾਨ? ਸਰ ਦੈਟ ਇਜ਼ ਵੈਰੀ ਸੀਕ੍ਰੇਟ, ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਕਿਉਂਕਿ ਉਹ ਆਪਣੀ ਡਿਊਟੀ ਨੂੰ ਬਾਉਂਡ ਆ। ਜੇ ਸਭ ਕੁਝ ਪਬਲਿਕਲੀ ਕਰਨਾ ਹੁੰਦਾ ਤੇ ਮੇ ਬੀ ਉਹ ਤੁਹਾਨੂੰ ਆਪਣਾ ਇੰਟਰਵਿਊ ਦੇ ਕੇ ਜਾਂਦੇ, ਤੁਸੀਂ ਉਹਨਾਂ ਦੇ ਕੋਲ ਹੀ ਸੀਗੇ। ਮੈਂ ਤੇ ਜਸਟ ਇੱਕ ਹਾਂਜੀ ਫੈਮਿਲੀ ਮੈਂਬਰ ਦੇ ਤੌਰ ਤੇ ਆਈ ਹਾਂ, ਬਾਕੀ ਉਹਨਾਂ ਨੇ ਆਪਣੀ ਡਿਊਟੀ ਜਿਸ ਤਰ੍ਹਾਂ ਦੀ ਉਹਨਾਂ ਨੇ ਕਰਨੀ ਸੀਗੀ ਉਹਨਾਂ ਡਿਊਟੀ ਕੀਤੀ, ਬਸ ਮੈਂ ਤੁਹਾਨੂੰ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੀ ਕਿਉਂਕਿ ਬਾਬਾ ਇਸ ਵੇਲੇ ਪੰਜਾਬ ਵਿੱਚ। ਹਾਂਜੀ ਹਾਂਜੀ ਹਾਂਜੀ, ਉਹ ਚੰਡੀਗੜ੍ਹ ਨੇ, ਉਹ ਉੱਥੇ ਆਪਣੇ, ਉਹ ਵੀ ਆਪਣੇ ਕੁਝ ਕਰ ਰਹੇ ਹੋਣਗੇ, ਮੈਨੂੰ ਨਹੀਂ ਪਤਾ। ਮੈਂ ਤੇ ਆਪਣੇ ਸਹੁਰਿਆਂ ਤੋਂ ਆਈ ਹਾਂ ਜੀ। ਹਾਂਜੀ, ਕਿਵੇਂ ਸੂਚਨਾ ਮਿਲੀ ਸੀ ਸਵੇਰੇ? ਮੈਨੂੰ ਤੇ ਐਕਚੁਅਲੀ ਇਹਨਾਂ ਦੀ ਨਹੀਂ ਸੂਚਨਾ ਮਿਲੀ, ਮੈਨੂੰ ਤੇ ਐਵੇਂ ਮੈਸੇਜ ਮਿਲਿਆ ਕਿ ਮੇ ਬੀ ਕੋਈ ਇੰਟਰਵਿਊ ਵਾਲੇ ਆਏ ਆ, ਤੇ ਅਸੀਂ ਨਹੀਂ, ਹਮੇਸ਼ਾ ਮੀਡੀਆ ਦੀ ਰਿਸਪੈਕਟ ਕਰੀਦਾ ਵਾ, ਸਾਨੂੰ ਇਹ ਲੱਗਦਾ ਵਾ ਕਿ ਕੋਈ ਵਾਪਸ ਨਾ ਜਾਏ, ਅਦਰਵਾਈਜ਼ ਪਹਿਲਾਂ ਮੰਮੀ ਇੱਥੇ ਹੁੰਦੇ ਸੀ, ਉਹ ਡੀਲ ਕਰਦੇ ਸੀ। ਮੈਂ ਤੇ ਉਸ ਕੰਸਰਨ ਆਈ ਹਾਂ, ਮੈਨੂੰ ਨਹੀਂ ਪਤਾ ਕਿ ਇੱਥੇ ਕੋਈ ਐਵੇਂ ਰੇਡ ਹੋਈ ਆ ਜਾਂ ਆਈਟੀ ਵਾਲੇ ਆਏ ਆ, ਮੈਨੂੰ ਇਹਦੇ ਬਾਰੇ ਕੁਝ ਨਹੀਂ ਸੀ ਪਤਾ। ਸਰ ਉਹ ਤੇ ਨੋਰਮਲ, ਜੋ ਉਹਨਾਂ ਦੇ ਦੇਖੋ ਉਹਨਾਂ ਦੀ ਡਿਊਟੀ ਸੀ, ਜੋ ਉਹਨਾਂ ਨੇ ਆਪਣੀ ਡਿਊਟੀ 'ਚ ਪ੍ਰੋਪਰ ਪ੍ਰੋਟੋਕਾਲ ਨੂੰ ਫੋਲੋ ਕਰਕੇ, ਜੋ ਉਹਨਾਂ ਦਾ ਪ੍ਰੋਟੋਕਾਲ ਸੀਗਾ ਉਹਨਾਂ ਉਹਦੇ ਅਕੋਰਡਿੰਗ ਕੀਤਾ, ਜੋ ਉਹਨਾਂ ਪੁੱਛਿਆ ਸੀ ਜਵਾਬ ਦਿੱਤੇ। ਕਿਉਂਕਿ ਜੇ ਉਹ ਗਵਰਨਮੈਂਟ ਦੇ ਇੰਪਲੋਇਰ ਕੋਲ ਡਿਊਟੀ ਨੂੰ ਬਾਉਂਡ ਆ, ਤੇ ਅਸੀਂ ਵੀ ਉਹਨਾਂ ਦਾ ਪੂਰੀ ਕੋਆਪਰੇਸ਼ਨ ਕਰਨੀ ਸਾਡੀ ਡਿਊਟੀ ਬਣਦੀ ਹੈ। ਕਿਉਂਕਿ ਜੇ ਸਾਨੂੰ ਉਹ ਸਾਡੇ ਨਾਲ ਗਲਤ ਤਰੀਕੇ ਨਾਲ ਨਹੀਂ ਚੱਲ ਰਹੇ, ਤੇ ਇੱਜ਼ਤ ਨਾਲ ਪੇਸ਼ ਆਉਣਾ ਹਰ ਇੱਕ ਇਨਸਾਨ ਦੀ ਡਿਊਟੀ ਹੈ, ਸਾਡੀ ਨਹੀਂ ਕਿ ਸਾਡੇ ਕੋਲ ਆਏ ਆ, ਸਾਰਿਆਂ ਦੀ ਡਿਊਟੀ ਆ ਕਿ ਜੇ ਕੋਈ ਗਵਰਨਮੈਂਟ ਇੰਪਲੋਇਰ ਆਉਂਦਾ ਵਾ ਤੇ ਉਹਨੂੰ ਪ੍ਰੋਪਰ ਰਿਸਪੈਕਟ ਨਾਲ, ਪ੍ਰੋਟੋਕਾਲ ਨਾਲ ਉਹਨਾਂ ਦਾ, ਉਹਨਾਂ ਨੂੰ ਅਸੀਂ ਕੰਪਰੋਮਾਈਜ਼ ਕਰੀਏ ਉਹਨਾਂ ਦੇ ਨਾਲ। ਸਰ ਦੈਟਸ ਇਟ, ਨੋ ਕਮੈਂਟ। ਮੈਂ ਸਰ ਚਾਹ ਪੀ ਲਾ, ਮੈਂ ਸਵੇਰ ਦੀ ਤੁਹਾਡੇ ਸਾਹਮਣੇ ਉਹਨਾਂ ਦੇ ਨਾਲ ਹੀ ਬੈਠੀ ਆ, ਮੈਨੂੰ ਚਾਹ ਪੀਣ ਦੋ ਹੁਣ। ਥੈਂਕ ਯੂ। ਰੇਡ ਵੇਖੋ, ਸਵੇਰ ਦੇ 9 ਵਜੇ ਸਰਚ ਡੇ ਕਰਨਾ, ਹਜੇ ਤੱਕ ਤੇ ਕੁਝ ਬਰਾਮਦ ਨਹੀਂ ਹੋਇਆ, ਤੇ ਇਹੋ ਮੇਰੇ ਕੋਲ ਸਰਕਾਰਾਂ ਦੀਆਂ ਚਾਲਾਂ ਵਾ। ਜਿੱਦਾਂ ਕਿਸਾਨ ਅੰਦੋਲਨ 'ਚ ਉਹ ਬੜੀ ਹੈਲਪ ਕੀਤੀ ਉਹਨਾਂ ਨੇ, ਹੋਰ ਵੀ ਪਿੰਡਾਂ 'ਚ ਕਈ, ਮਤਲਬ ਹਰ ਤਰ੍ਹਾਂ ਦੀ ਗਰੀਬ ਲੋਕ ਦੀ ਹੈਲਪ ਕਰਦੇ ਆ ਉਹ। ਲੋਕਡਾਊਨ 'ਚ ਹੈਲਪ ਕੀਤੀ, ਰਾਸ਼ਨ ਵੰਡਿਆ, ਹੋ ਸਕਦਾ ਕੋਈ ਇਹਦੇ ਕਰਕੇ ਸ਼ਾਇਦ ਇਹਦੇ ਕਰਕੇ ਇਹਨਾਂ ਇਮੇਜ ਖਰਾਬ ਕੀਤੀ ਜਾਵੇ। ਹਜੇ ਤੱਕ ਕੁਝ ਬਰਾਮਦ ਨਹੀਂ ਹੋਇਆ, ਸਾਨੂੰ ਇਹ ਉਮੀਦ ਆ ਹੋਣਾ ਵੀ ਨਹੀਂ ਕੁਝ ਵੀ, ਸਵੇਰ ਦੀ ਸਰਚ ਡੇ ਕਰਨ ਹਜੇ ਤੱਕ ਕੁੱਖ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਕੁਝ ਹੋਊਗਾ। ਮੇਰਾ ਨਾਂ ਅਰਵਿੰਦਰ ਸਿੰਘ ਹੈ ਜੀ। ਪਹਿਲਾਂ ਸਵੇਰੇ 9 ਵਜੇ ਜੀ ਪਿੰਡ ਵਡਾਲਾ ਗ੍ਰੰਥੀ ਇਹਨਾਂ ਦਾ ਜਿਹੜਾ ਪੁਰਾਣਾ ਘਰ ਆ ਉੱਥੇ ਸਾਰੀ ਟੀਮ ਇਹਨਾਂ ਦੀ ਆਈ ਹੈ, ਕਹਿ ਰਹੇ ਆ ਜੀ ਵੀ ਆਪਾਂ ਇਨਕਮ ਟੈਕਸ ਵੱਲੋਂ ਆਏ ਹਾਂ ਅਤੇ ਇਹਨਾਂ ਦੇ ਘਰ ਦੀ ਚੈਕਿੰਗ ਕਰਨੀ ਹੈ ਜੀ। ਇਸ ਵੇਲੇ 9 ਵਜੇ ਪਹਿਲਾਂ ਉੱਥੇ ਆਏ ਆ ਅਤੇ ਅੱਧਾ ਕੁ ਘੰਟਾ ਹੋ ਗਿਆ ਹੁਣ ਬਟਾਲੇ, ਮਤਲਬ ਉਹ ਸਾਰੀ ਟੀਮ ਬਟਾਲੇ ਆਈ, ਕਹਿੰਦੇ ਬਟਾਲੇ ਵਾਲਾ ਘਰ ਵੀ ਚੈੱਕ ਕਰਨਾ। ਨਹੀਂ ਜੀ, ਪਿੰਡ ਦੇ ਵਾਲੇ ਘਰ 'ਚ ਕੁਝ ਵੀ ਬਰਾਮਦ ਨਹੀਂ ਹੋਇਆ ਉੱਥੇ, ਜੋ ਉਹਨਾਂ ਨੇ ਪੁੱਛਗਿੱਛ ਕੀਤੀ ਹੈ ਜੀ, ਮਤਲਬ ਕੋਈ ਵੀ ਨਾ, ਉਹਨਾਂ ਨੇ ਸਾਰੇ ਘਰ ਦੀਆਂ ਪੇਟੀਆਂ ਬਾਰੀਆਂ ਸਭ ਕੁਝ ਚੈੱਕ ਕੀਤਾ, ਜਿਨ੍ਹਾਂ ਦੇ ਲੋਕਾਂ ਲੋਕ ਵੀ ਲੱਗੇ ਉਹ ਵੀ ਇਹਨਾਂ ਨੇ ਆਪ ਜਿੰਦੇ ਤੜਾ ਕੇ ਸਭ ਕੁਝ ਚੈੱਕ ਕੀਤਾ, ਕੁਝ ਵੀ ਇਹਨਾਂ ਨੂੰ ਇੱਦਾਂ ਦਾ ਬਰਾਮਦ ਨਹੀਂ ਹੋਇਆ ਜੀ। ਨਹੀਂ ਜੀ, ਦੋਵਾਂ ਘਰਾਂ ਦੇ ਵਿੱਚ ਕੋਈ ਵੀ ਨਹੀਂ ਰਹਿੰਦਾ, ਬਸ ਇਹ ਆ ਵੀ ਜਦੋਂ ਕਿਤੇ ਸ਼ੋਅ ਦੇ ਟਾਈਮ ਫ੍ਰੀ ਹੁੰਦੇ ਆ ਜਾਂ ਵੈਸੇ ਵੀ ਫ੍ਰੀ ਟਾਈਮ ਆ, ਕਦੀ ਬਟਾਲੇ ਆ ਜਾਂਦੇ ਆ ਅਤੇ ਕਦੀ ਪਿੰਡ ਵੀ ਆ ਜਾਂਦੇ, ਪਿੰਡ ਵੀ ਆਪਾਂ ਇਕੱਠੇ ਇਹਨਾਂ ਦੇ ਨਾਲ ਹੀ ਰਹਿੰਦੇ ਹਾਂ ਜੀ, ਕੋਈ ਗੱਲ ਨਹੀਂ। ਮਤਲਬ ਰਹਿੰਦੇ ਨਹੀਂ ਆ, ਰਹਿੰਦੇ ਵੈਸੇ ਚੰਡੀਗੜ੍ਹ ਹੀ ਆ ਜੀ ਇਹ। ਵੇਖੋ, ਇਹ ਇਮੇਜ ਖਰਾਬ ਕਰਨ ਦੀਆਂ ਬਿਲਕੁਲ ਇਹਨਾਂ ਦੀਆਂ ਚਾਲਾਂ ਸਰਕਾਰਾਂ ਦੀਆਂ, ਅਤੇ ਮਤਲਬ ਕੋਈ ਗੱਲ ਨਹੀਂ, ਇਹ ਆਪਣਾ ਸਰਚ ਕਰ ਰਹੇ ਆ, ਮੈਨੂੰ ਨਹੀਂ ਲੱਗਦਾ ਇਹਨਾਂ ਕੋਈ ਇੱਦਾਂ ਦੀ ਚੀਜ਼ ਬਰਾਮਦ ਹੋਊਗੀ ਜਿਹਦੇ ਇਹਨਾਂ ਦਾ ਸਟੇਟਸ ਜਾਂ ਇਹਨਾਂ ਦੀ ਇਮੇਜ ਖਰਾਬ ਹੋਵੇਗੀ।